ਛੋਟਾ ਜਿਹਾ ਐਗਜ਼ਾਮਪਲ ਦਿੰਦੀ ਹਾਂ। ਮੇਰੇ ਕੋਲ ਆਊਟਡੋਰ ਦੇ ਵਿੱਚ ਐਡੀਆਂ ਥੱਬੀਆਂ, ਮੈਂ ਹੁਣ ਰਜਿੰਦਰਾ ਹੋਸਪਿਟਲ 'ਚ ਹਾਂ ਤਾਂ ਬੱਚਿਆਂ ਦੀ ਸਪੈਸ਼ਲਿਸਟ ਹਾਂ, ਐਡਾ ਥੱਬਾ ਇੱਕ ਬੰਦੇ ਨੇ ਮੇਰੇ ਕੋਲ ਪਰਚੀਆਂ ਦਾ ਰੱਖਿਆ ਅਤੇ ਮੈਂ ਉਹਨੂੰ ਹੱਸ ਕੇ ਕਹਿ ਦਿੱਤਾ ਅੱਜ ਪੂਰੀ ਕਲੋਨੀ ਦਿਖਾਉਣ ਲਈ ਲਿਆਇਓ, ਅਤੇ ਉਹ ਬੜਾ ਤਲਖ ਜਿਹੀ ਆਵਾਜ਼ 'ਚ ਕਹਿਣ ਲੱਗਾ ਇਹ ਸਾਰੇ 18 ਮੇਰੇ ਹੀ ਨੇ। ਮੈਨੂੰ ਖਿਮਾ ਮੰਗਣੀ ਪਈ ਵੀ ਅੱਛਾ ਭਾਈ ਮੈਨੂੰ, ਕਿਉਂਕਿ ਅੰਦਾਜ਼ਾ ਹੀ ਨਹੀਂ ਸੀ ਵੀ 18 ਅੱਜ ਦੇ ਦਿਨ 20 ਬੱਚੇ ਹੋ ਸਕਦੇ ਨੇ। ਦੇਖਦੇ ਐਵੇਂ ਹੀ ਉਹਨੂੰ ਪੁੱਛ ਲਿਆ ਵੀ, ਕਿਉਂਕਿ ਉਹ ਮੈਨੂੰ ਲੱਗ ਨਹੀਂ ਸੀ ਰਿਹਾ ਇੱਥੇ ਦਾ ਪੰਜਾਬੀ, ਪ੍ਰਵਾਸੀ ਸੀ ਮੈਂ ਜਦੋਂ ਦੇਖਿਆ, ਅਤੇ ਮੈਂ ਪੁੱਛ ਲਿਆ ਵੀ ਬੱਚੇ ਤੈਨੂੰ ਔਖਾ ਨਹੀਂ ਹੁੰਦਾ ਵੀ ਇੰਨਿਆਂ ਨੂੰ ਖਾਣਾ ਪਿਆਉਣਾ, ਕਿੰਨੀ ਮਿਹਨਤ ਤੁਸੀਂ ਕਰ ਰਹੇ ਹੋ ਦਿਨ ਰਾਤ, ਇਹੀ ਘੱਟ ਹੁੰਦੇ ਵਧੀਆ ਪੜ੍ਹਾ ਲੈਂਦੇ ਅਗਾਂਹ ਤੋਰ ਲੈਂਦੇ। ਪਤਾ ਜੀ ਉਹਨੇ ਕੀ ਕਿਹਾ, ਮੇਰਾ ਖਿਆਲ ਮੇਰੇ ਤਾਂ ਕਹਿਣ ਦੀ ਲੋੜ ਹੀ ਨਹੀਂ, ਉਹਨੇ ਜੋ ਕਿਹਾ ਉਹ ਸਾਰੇ ਪੰਜਾਬੀਆਂ ਦੀਆਂ ਅੱਖਾਂ ਖੋਲ੍ਹ ਦੇਗਾ। ਮੈਡਮ ਇਨਕੇ ਆਪ ਕੇ ਪੰਜਾਬੀ ਏਕ ਏਕ ਹੈ, ਕਿਸੀ ਕੇ ਏਕ ਵੀ ਨਹੀਂ, ਖਾਲੀ ਮਕਾਨ ਪੜੇ ਹੈ, ਜੋ ਡਾਲਰ ਯੇ ਬਾਹਰ ਸੇ ਭੇਜੇਂਗੇ ਨਾ ਉਨਕੋ ਕਿਸੀ ਨੇ ਤੋ ਯੂਜ਼ ਕਰਨਾ ਨਾ, ਯੇ 18 ਜਬ ਉਸ ਏਕ ਪੇ ਜਾਏਂਗੇ ਕਹਾਂ ਰਹੇਂਗੇ, ਇਨ 18 ਕੇ ਆਗੇ 18 ਆਏਂਗੇ, ਦੇਖਣਾ ਯਹਾਂ ਕੇ IPS ਵੀ ਯਹਾਂ ਕੇ IAS ਵੀ ਹਮਾਰੇ ਹੀ ਬੇਟੇ ਆਉਂਗੇ। ਜ਼ਰਾ ਇਹਦਾ ਜਵਾਬ ਦੇ ਲਿਓ, ਹੁਣ ਕੀ ਕਹਿਣਾ ਚਾਹੁੰਦੇ ਹੋ ਕਿ ਅਸੀਂ ਕਿਹਨਾਂ ਨੂੰ, ਮੈਂ ਬਿਲਕੁਲ ਉਹਦੇ ਵਿਰੁੱਧ ਨਹੀਂ ਹਾਂ, ਮੈਂ ਸਲਿਊਟ ਕਰਦੀ ਹਾਂ ਜਿਹਦੀ ਦੂਰ ਤੱਕ ਦੀ ਸੋਚ ਹੈ ਕਿ ਮੈਂ ਰਾਜ ਕਰਨ ਆਇਆ, ਪਰ ਅਸੀਂ ਰਾਜ ਕਰ ਰਹੇ ਸੀ, ਅਸੀਂ ਕਿੱਥੇ ਚੱਲ ਰਹੇ।